ਸੁਮਨ ਜੇਟਲੀ ਪੰਜਾਬ ਦੇ ਨਵੇਂ ਬੜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਮ ਲੋਕਾਂ ਦੇ ਨਾਲ ਮੁਲਾਕਾਤ ਕਰਕੇ ਕਿਹਾ ਜਾ ਰਿਹਾ ਕਿ ਮੈਂ ਆਪ ਇੱਕ ਆਮ ਬੰਦਾ ਮਸਲੇ ਹੱਲ ਕਰਵਾਉਣ ਦੀ ਗੱਲ ਕਹੀ ਜਾ ਰਹੀ ਤੇ ਇੱਕ ਸਲੋਗਨ ਵੀ ਤੁਸੀਂ ਹੁਣ ਸੁਣਿਆ ਹੋਣਾ ਹੈ ਕਿ ਘਰ ਘਰ ਚੱਲੀ ਗੱਲ ਚੰਨੀ ਕਰਵਾਉਂਦਾ ਮਸਲਿਆਂ ਦਾ ਹੱਲ। ਤਾਂ ਚਰਨਜੀਤ ਸਿੰਘ ਚੰਨੀ ਰਾਜ ਜਦੋਂ ਜਾ ਰਹੇ ਸਨ ਤਾਂ ਮੋਰਿੰਡਾ ਦੇ ਵਿੱਚ ਜੋ ਧਰਨਾ ਨੌਜਵਾਨਾਂ ਨੇ ਲਗਾਇਆ ਹੋਇਆ ਸੀ ਗੱਡੀ ਰੋਕ ਕੇ ਉਹਨਾਂ ਨੌਜਵਾਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਹੱਥ ਜੋੜ ਕੇ ਉਹਨਾਂ ਤੋਂ ਕੁਝ ਸਮਾਂ ਮੰਗਿਆ। ਉਹਨਾਂ ਕਿਹਾ ਕਿ ਮੇਰੇ ਪੁੱਤਰ ਦਾ ਵਿਆਹ ਹੋ ਲੈਣ ਤੋਂ ਉਸ ਤੋਂ ਬਾਅਦ ਤੁਸੀਂ ਮੇਰੇ ਘਰੇ ਆ ਕੇ ਮੇਰੇ ਨਾਲ ਮੁਲਾਕਾਤ ਕਰੋ, ਉਸ ਤੋਂ ਬਾਅਦ ਮੈਂ ਤੁਹਾਡੇ ਮਸਲਿਆਂ ਦਾ ਹੱਲ ਕਰਵਾਵਾਂਗਾ। ਦੱਸ ਦਈਏ ਕਿ ਮੋਰਿੰਡਾ ਵਿਖੇ ਨੌਜਵਾਨਾਂ ਵੱਲੋਂ ਇਹ ਧਰਨਾ ਲਾਇਆ ਗਿਆ ਸੀ ਪੰਜਾਬ ਪੁਲਿਸ ਦੀ ਭਰਤੀਆਂ ਨੂੰ ਲੈ ਕੇ। ਇਹਨਾਂ ਨੇ ਜਿਹੜਾ ਟੈਸਟ ਦਿੱਤਾ ਹੋਇਆ ਸੀ ਟੈਸਟ ਕਲੀਅਰ ਹੋ ਚੁੱਕਾ ਸੀ, ਇਹ ਨੌਜਵਾਨ ਐਲੀਜੀਬਲ ਸੀ, ਬਾਵਜੂਦ ਇਸ ਦੇ ਇਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਸਨ, ਜਿਸ ਕਰਕੇ ਟੈਂਕੀ ਤੇ ਚੜ ਕੇ ਵੀ ਇਹਨਾਂ ਨੇ ਧਰਨਾ ਦਿੱਤਾ। ਤਾਂ ਚਰਨਜੀਤ ਸਿੰਘ ਚੰਨੀ ਨੇ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕੀਤੀ ਕਿ ਟੈਂਕੀ ਤੇ ਚੜ ਕੇ ਇਸ ਤਰ੍ਹਾਂ ਧਰਨਾ ਨਾ ਦਿੱਤਾ ਜਾਏ ਤੇ ਨਾਲ ਹੀ ਉਹਨਾਂ ਕਿਹਾ ਕਿ ਮੈਂ ਇਸ ਮਸਲੇ ਦਾ ਹੱਲ ਜ਼ਰੂਰ ਕਰਵਾਵਾਂਗਾ, ਮੇਰੇ ਘਰੇ ਆ ਕੇ ਤੁਸੀਂ ਗੱਲਬਾਤ ਕਰਨੀ ਹੈ ਪਰ ਥੋੜਾ ਸਮਾਂ ਦੇ ਦਿਓ, ਮੇਰੇ ਮੁੰਡੇ ਦਾ ਵਿਆਹ ਹੋ ਲੈਣ ਦਿਓ। ਕੀ ਕਹਿ ਰਹੇ ਨੇ ਚਰਨਜੀਤ ਸਿੰਘ ਚੰਨੀ ਸੁਣ ਲੈਣੇ ਆ। दो जाने मेरे पास कितने बजे 11 तारीख नो आ जाओ, मैंने 12 नो मेरे घर ब्याह है, मैं 4-5 दिन हो फ्री नहीं है, फिर तुसी मेरे को आ जाओ, इस तरह सड़कों च ना रोलो, ਤੁਸੀਂ ਵੀ ਸਾਡੇ ਭਾਈ ਹੋ, ਜੋ ਮੈਂ ਕਰ ਸਕਦਾ ਹੋਇਆ ਤੁਹਾਡਾ ਕਰੂੰਗਾ। ਸਰ ਸਾਡੀ ਤਾਂ ਰਿਕੁਐਸਟ ਹੈ, ਸਾਡੀ ਦਾ ਆਸ ਹੈ ਸਰ ਤੁਹਾਡੇ ਤੇ, ਸਾਡੇ ਡੀਜੀ ਸਾਹਿਬ ਕੋਲੇ ਸਾਰਾ ਕੁਝ ਬਣਿਆ, ਜੋ ਵੀ ਹੈ ਆਪਾਂ ਦੇਖਾਂਗੇ। ਵਾਲੇ ਜਿਹੜੇ ਇਹਨਾਂ ਨੂੰ ਰਿਕੁਐਸਟ, ਦੇਖੋ ਮੇਰੀ ਗੱਲ ਸੁਣੋ ਵੀਰੇ, ਇਹ ਟੈਂਕੀਆਂ ਪਰ ਚੜ ਕੇ ਕੁਝ ਨਹੀਂ ਬਣਨਾ ਜੀ ਸਰ, ਮੈਂ ਤੁਹਾਡੇ ਕੋਲ ਆਪ ਚੱਲ ਕੇ ਆਇਆ ਨਾ ਜੀ ਸਰ, ਜੇ ਕੋਈ ਹੋਰ ਲੰਘ ਜਾਣਾ ਤਾਂ ਉਹਨੇ ਜੀ ਸਰ, ਤੁਸੀਂ ਮੇਰੇ ਕੋਲ ਆਓ ਜੀ ਸਰ, ਮੈਂ ਆਪਾਂ ਬੈਠ ਕੇ ਗੱਲ ਕਰਾਂਗੇ ਜੀ ਸਰ, ਜੋ ਮਸਲਾ ਜਿੰਨਾ ਵੱਧ ਤੇ ਵੱਧ ਹੋ ਸਕਦਾ ਹੋਇਆ ਕਰਾਂਗੇ ਜੀ ਸਰ, ਠੀਕ ਹੈ। ਲੇਕਿਨ ਆ ਜਿਹੜੀ ਪਿੱਛੇ ਦੌੜ ਔਰ ਧਰਨੇਬਾਜ਼ੀ ਇਹਨੂੰ ਛੱਡੋ, ਨਹੀਂ ਸਰ, ਜਿਹੜੀ ਹੈਗੀ ਸੀ ਸਰ ਬਾਦਲ ਸਰਕਾਰ ਦੇ ਟਾਈਮ ਸਰ 7416 ਪੋਸਟਾਂ ਸੀਗੀਆਂ, 5581 ਪੋਸਟਾਂ ਫਿਲ ਕਰੀਆਂ ਜੀ, 1835 ਪੋਸਟਾਂ ਪੈਂਡਿੰਗ ਰੱਖਤੀਆਂ ਜੀ, ਅਤੇ 2017 ਦੇ ਵਿੱਚ ਆਪਣੀ ਜੀ ਸਰਕਾਰ ਆਈ ਸੀਗੀ ਉਹਦੇ ਵਿੱਚ 300 ਉਮੀਦਵਾਰ ਇੱਦਾਂ ਦੇ ਸੀਗੇ ਜੀ, ਉਹਨਾਂ ਦੇ ਗਲਤ ਸਰਟੀਫਿਕੇਟ ਰਿਵਾਈਜ਼ ਕਰਕੇ ਉਹਨਾਂ ਨੂੰ ਕੱਢਤਾ ਸੀਗਾ 300 ਬੰਦੇ ਜੀ, ਉਹ ਬਾਕੀ 1300 ਇਹ 1835 ਪੋਸਟਾਂ ਆਏ ਜੀ, ਇਹ ਪੈਂਡਿੰਗ ਪਈਆਂ, ਸਾਨੂੰ ਸਰ ਸਾਰਿਆਂ ਦੀ ਵੈਰੀਫਿਕੇਸ਼ਨ ਹੋ ਗਈ, ਸਾਰੇ ਐਲੀਜੀਬਲ ਆ ਜੀ, ਸਾਰਿਆਂ ਦੇ ਮੁੰਡਿਆਂ ਦੀ ਵੈਰੀਫਿਕੇਸ਼ਨ ਹੋ ਗਈ। ਸਮਝ ਗਿਆ, ਸਮਝ ਗਿਆ ਗੱਲ ਜੀ ਸਰ, ਤੁਸੀਂ ਮੇਰੇ ਪਾਸ 14 ਤਰੀਕ ਨੂੰ ਆਇਓ, ਮੇਰੇ ਬੰਦੇ ਤੁਹਾਨੂੰ ਟਾਈਮ ਦੇ ਦੇਣਗੇ ਜੀ ਸਰ, ਇਹ ਐਸਪੀ ਸਾਹਿਬ ਤੁਹਾਨੂੰ ਲੈ ਆਣਗੇ ਜੀ ਸਰ, ਦੋ ਚਾਰ ਜਾਣੇ ਜਿਹੜੇ ਚੰਗੀ ਗੱਲ ਕਰ ਸਕਦੇ ਮੈਂ ਅਫਸਰਾਂ ਨੂੰ ਬਿਠਾਉਂਗਾ, ਤੁਹਾਨੂੂੰ ਬਿਠਾਉਂਗਾ, ਕੋਈ ਨਤਾਰਾ ਕੱਢਦਾਂਗਾ ਜਦ ਤੱਕ ਸੜਕਾਂ ਪਰ ਨਾ ਰੋਲੋ। ਇੱਕ ਗੱਲ ਸੁਣੋ, ਪਹਿਲਾਂ ਮੈਨੂੰ ਇਹ ਦੱਸੋ ਟੈਂਕੀ ਪਰ ਤੇ ਉਤਰੋਗੇ? ਹਾਂ ਸਰ, ਅਸੀਂ ਜਿੱਦਾਂ ਹੋਰ ਤੁਸੀਂ ਕਹਿ ਰਹੇ ਹੋ ਅੱਜ ਉਤਰੋ ਜੀ ਸਰ, ਅੱਜ ਟੈਂਕੀ ਪਰ ਤੇ ਉਤਰੋ, ਸੁਣੋ ਟੈਂਕੀ ਪਰ ਤੇ ਉਤਰੋ, ਸੁਣੋ ਟੈਂਕੀ ਪਰ ਤੇ ਉਤਰੋ, ਧਰਨੇ ਚੱਕੋ, ਪਿੱਛੇ ਦੌੜਨਾ ਬੰਦ ਕਰੋ, ਦੋ ਜਾਣੇ ਆਉਂਗੇ, ਜੋ ਮਸਲਾ ਹੋਏਗਾ ਹੱਲ ਕਰਦਾਂਗੇ।